आसमान उतर आए किताब विचों, नज़म अनवान बाप तेरी खिदमत च पेश करता हाँ, खास इस फादर डे ते, ताकि सारे नू इस गल का एहसास रवे कि जद तक बाप कोल है उहदी इज्जत कीती जाए, उहनू प्यार दिता जाए, उहदा हक उहनू दिता जाए, क्योंकि उस बाप का अगर नाम तुहाडे नाम नाल ना होवे तो फिर तुसी खुद ही सोच लवो कि जिस बच्चे दे नाल बाप का नाम नहीं हुंदा उहनू लोकी की आखते ने, कोई नजायज़ औलाद, कोई हरामजादा। और ना सिर्फ इन्ना बल्कि उस माँ नू ही ये बड़ी वड्डी गाली है कि लोकी उन्हें बदकरदार कहिंदे ने, जानी कहिंदे ने, और भी बड़े सारे लफज ने जिहड़े अपनी जुबान ते एक माँ दे तलक नाल नहीं लियाने चाहिए ना कहने चाहिए ने। इस वजह नाल अपने बाप नू याद रखना, उहदी पहचान रखना, उन्हों इज्जत और एहतराम देना, खुदा दा कलाम भी कहिंदा है ते दुनिया भी कहिंदी है, ते ये जरूरत भी है। सुनिए, महसूस होइए कि कुछ इस तरह है, बाप दी ओ डांट ते प्यार याद आउंदा है, बाप दी ओ डांट ते प्यार याद आउंदा है, जदों टुर जाए बाप उदों प्यार याद आता है, बाप दी ओ डांट ते प्यार याद आउंदा है, जिंदगी बनाउन लई ओ बुरा अखवाउंदा है, कुछ ते बेरहम ते बेहिस उन्हूं आख दे, कुछ ते बेरहम ते बेहिस उन्हूं आख दे, जज्बात अपने ओ खाशा नूं छुपाउंदा है वह भी इंसान, किसी का वह भी जाया है वह भी इंसान, किसी का वह भी जाया है, कई गल्लां याद कर ओ अथरू ਵਗਾਉਂਦਾ ਹੈ, ਉਹਦੀ ਕੁਰਬਾਨੀ ਨੂੰ ਫਰਜ਼ ਲੋਕੀ ਆਖਦੇ, ਉਹਦੀ ਕੁਰਬਾਨੀ ਨੂੰ ਫਰਜ਼ ਲੋਕੀ ਆਖਦੇ, ਉਹ ਕੈਦੀ ਮਜ਼ਦੂਰ ਵਾਂਗ ਫਰਜ਼ ਨਿਭਾਉਂਦਾ ਹੈ, ਹਰ ਇੱਕ ਖਾਹਿਸ਼ ਨੂੰ ਉਹ ਵਕਤ ਨਾਲ ਨਾਪਦਾ, हाले वक्त है नहीं है कोई गल नहीं, बाद च लै लांगे जुत्ती, बाद च लै लांगे ए कपड़े, बाद च लै लांगे बच्चे नू लै दियो, हर एक खाश नू ओ वक्त नाल नापदा, हर एक दी नज़र च ओ बुरा बन जांदा है, मां नू जन्नत फरदोस बच्चे आख दे, मां नू जन्नत फरदोस लोकी आख दे, बाप दरवाजा जिथों हर कोई आउंदा है, बच्चे दी आवाज सुन विचो विच हसदा, जदों बच्चा पैदा हुंदा है या बच्चा घर च फिर रहा हुंदा है, बच्चे दी आवाज सुन विचो विच हसदा, नाम ते पहचान मेरी ख्याल विच पाउंदा है, सारे बच्चे मां दे गोडे लग लग बहिंदे ने, गौर करो जरा, सारे बच्चे मां दे गोडे लग लग बहिंदे ने, बाप मस्कीन भुखे फकीर वांग वेंदा है, कोई नहीं बाप दे कोल बहिंदा, मां दे लागे लागे बहिंदे ने, कुछ गल्लां अना ते असूलां दी ओ सूली चढ़े, बच्चों की तरबियत की खातर उन्हें कई असूल पूरे करने पैंदे ने, कुछ गल्लां अना ते असूलां दी ओ सूली चढ़े, अपना ओ खून पींदा खुद ही वाल खोंदा है, बाप दा की देन
ਵਿੱਚ ਬਾਪ ਵੱਸੇ ਤੁਸਾਂ ਦੇ। ਬਾਪ ਦਾ ਕੀ ਦੇਣ, ਵਿੱਚ ਬਾਪ ਵੱਸੇ ਤੁਸਾਂ ਦੇ। ਇੱਕ ਦਿਨ ਬਾਪ ਲਈ ਇੱਕ ਕਦਰ ਘਟਾਉਂਦਾ ਹੈ। ਸਿਰਫ ਇੱਕ ਦਿਨ ਬਾਪ ਨੂੰ ਨਾ ਯਾਦ ਰੱਖੋ, ਬਾਪ ਨੂੰ ਨਾ ਦਿਓ, ਹਰ ਦਿਨ ਹੀ ਬਾਪ ਨੂੰ ਸਲਾਮ ਕਰੋ, ਸਿਰ ਝੁਕਾਓ, ਅੱਬਾ ਜੀ ਸਲਾਮ, ਬਾਪੂ ਜੀ ਸਲਾਮ। ਯਾਦ ਆਫਤਾਬ ਸਦਾ ਬਾਪ ਨੂੰ ਰੱਖੀਏ, ਯਾਦ ਆਫਤਾਬ ਸਦਾ ਬਾਪ ਨੂੰ ਰੱਖੀਏ। ਇਹ ਹੀ ਉਸਤਾਦ ਜ਼ਾਤ ਰਾਹ ਵਿਖਾਉਂਦਾ ਹੈ। ਬਾਪ ਦੀ ਉਹ ਡਾਂਟ ਤੇ ਪਿਆਰ ਯਾਦ ਆਉਂਦਾ ਹੈ, ਜ਼ਿੰਦਗੀ ਬਣਾਉਣ ਲਈ ਉਹ ਬੁਰਾ ਅਖਵਾਉਂਦਾ ਹੈ। ਬਾਪ ਦੀ ਉਹ ਡਾਂਟ ਤੇ ਪਿਆਰ ਯਾਦ ਆਉਂਦਾ ਹੈ। ਦੋਸਤੋ, ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਬਾਪ ਹਯਾਤ ਨੇ, ਇਹ ਹੀ ਇੱਕ ਖਿਆਲ ਹੈ ਕਿ ਉਹਨਾਂ ਦੀ ਕੇਅਰ ਕਰੋ, ਉਹਨਾਂ ਦੇ ਕੋਲ ਬੈਠੋ। ਤੁਹਾਨੂੰ ਉਹ ਦਿਨ ਯਾਦ ਆਏਗਾ ਜਿੱਦਣ ਤੁਹਾਡੇ ਬੱਚੇ ਤੁਹਾਡੇ ਕੋਲ ਨਾ ਬਹਿਣਗੇ, ਅਤੇ ਉਦੋਂ ਤੁਹਾਨੂੰ ਹੌਕੇ ਆਉਣਗੇ, ਯਾਦਾਂ ਆਉਣਗੀਆਂ, ਖਿਆਲ ਆਉਣਗੇ ਕਿ ਮੈਂ ਆਪਣੇ ਬਾਪ ਕੋਲ ਨਹੀਂ ਬੈਠਾ, ਮੈਂ ਆਪਣੇ ਬਾਪ ਦਾ ਹਾਲ ਨਹੀਂ ਪੁੱਛਿਆ। ਬਾਪ ਕੁਛ ਨਹੀਂ ਚਾਹੁੰਦਾ, ਨਾ ਬਾਪ ਤੁਹਾਡੇ ਕੋਲ ਪੈਸੇ ਚਾਹੁੰਦਾ, ਨਾ ਬਾਪ ਤੁਹਾਡਾ ਟਾਈਮ ਮੰਗਦਾ। ਉਹ ਸਿਰਫ ਇੰਨਾ ਹੀ ਚਾਹੁੰਦਾ ਕਿ ਸੁਬਾਹ ਹੁੰਦਿਆਂ ਬਾਪ ਨੂੰ ਕਿਹਾ ਜਾਏ, ਗੁੱਡ ਮੋਰਨਿੰਗ, ਸ਼ਲੋਮ, ਸਲਾਮ, ਬਾਪੂ ਜੀ ਸਲਾਮ, ਅੱਬਾ ਜੀ ਸਲਾਮ, ਅੱਬੂ ਜੀ ਸਲਾਮ, ਕੀ ਹਾਲ ਜੇ, ਠੀਕ ਹੋ? ਬਸ, ਕਿਉਂਕਿ ਅਸੀਂ ਖੁਦਾ ਦੇ ਕਲਾਮ 'ਚ ਵੀ ਇਹ ਪੜ੍ਹ ਚੁੱਕੇ ਹਾਂ, ਖੁਦਾ ਦਾ ਸ਼ਿਕਵਾ ਵੀ ਹੈ, ਖੁਦਾ ਦੀ ਸ਼ਿਕਾਇਤ ਵੀ ਹੈ, ਖੁਦਾ ਦੀ ਆਰਜ਼ੂ ਵੀ ਹੈ। ਅਗਰ ਉਹ ਜਿਹੜਾ ਕਾਦਰੇ ਮੁਤਲਕ ਹੈ, ਉਹ ਇੱਕ ਬਾਪ ਹੋਣ ਦੀ ਹਸੀਅਤ ਵਿੱਚ ਸ਼ਿਕਾਇਤ ਕਰਦਾ ਹੈ ਕਿ ਤੁਸੀਂ ਮੈਨੂੰ ਭੁੱਲ ਗਏ ਹੋ, ਡੰਗਰ ਜਾਨਵਰ, ਬੈਲ ਅਤੇ ਗਧੇ ਆਪਣੇ ਮਾਲਕ ਨੂੰ ਪਹਿਚਾਣਦੇ ਨੇ, ਤੁਸੀਂ ਨਹੀਂ ਮੈਨੂੰ ਪਹਿਚਾਣਦੇ। ਅਗਰ ਮੈਂ ਬਾਪ ਹਾਂ ਤਾਂ ਮੇਰੀ ਇੱਜ਼ਤ ਕਿੱਥੇ ਹੈ? ਇਹ ਖੁਦਾ ਦਾ ਗਿਲਾ ਹੈ ਕਿ ਮੈਨੂੰ ਇੱਜ਼ਤ ਦਿਓ। ਫਿਰ ਖੁਦਾ ਇਹ ਕਹਿੰਦਾ ਕਿ ਮੇਰੀ ਆਰਜ਼ੂ ਹੈ ਕਿ ਮੈਨੂੰ ਬਾਪ ਕਹਿ ਕੇ ਪੁਕਾਰੋ। ਔਰ ਫਿਰ ਖੁਦਾ ਇਹ ਕਹਿੰਦਾ ਕਿ ਮੇਰਾ ਹੱਕ ਹੈ, ਕਿਉਂਕਿ ਮੈਂ ਬਾਪ ਹਾਂ। ਔਰ ਫਿਰ ਮਸੀਹ ਦੇ ਬਾਰੇ ਉਹ ਕਹਿੰਦਾ, ਮੈਂ ਇਹਦੇ ਤੋਂ ਬੜਾ ਖੁਸ਼ ਹਾਂ, ਕਿਉਂ? ਉਹ ਆਪਣੇ ਬਾਪ ਦਾ ਘਰ ਪਹਿਚਾਣਦਾ ਹੈ। ਔਰ ਫਿਰ ਕਹਿੰਦਾ ਕਿ ਮੈਨੂੰ ਆਪਣੇ ਬਾਪ ਦੇ ਘਰ 'ਚ ਰਹਿਣਾ, ਮੇਰਾ ਬਾਪ ਦਾ ਘਰ ਦੁਆ ਦਾ ਘਰ ਹੈ, ਮੈਂ ਆਪਣੇ ਬਾਪ ਦੇ ਨਾਮ ਤੋਂ ਜਾਣਿਆ ਜਾਂਦਾ ਹਾਂ, ਮੈਂ ਆਪਣੇ ਬਾਪ ਦੀ ਇੱਜ਼ਤ ਕਰਦਾ ਹਾਂ। ਔਰ ਮੂਸਾ ਦੇ ਰਾਹੀਂ ਖੁਦਾ ਨੇ ਕੌਮ ਨੂੰ ਕਿਹਾ ਕਿ ਜਿਹੜਾ ਆਪਣੇ ਮਾਂ ਬਾਪ ਦੀ ਇੱਜ਼ਤ ਨਹੀਂ ਕਰਦਾ, ਉਹਨੂੰ ਕੌਮ 'ਚੋਂ ਕੱਢ ਦਿੱਤਾ ਜਾਏ, ਉਹਨੂੰ ਮਾਰ ਦਿੱਤਾ ਜਾਏ। ਇਸ ਲਈ ਬਾਪ ਇੱਕ ਘਰ ਦਾ ਚਿਰਾਗ ਹੈ, ਔਰ ਬਾਪ ਇੱਕ ਉਹ ਰਿਸ਼ਤਾ ਹੈ ਜਿਹੜਾ ਸਿਰਫ ਔਰ ਸਿਰਫ ਕੁਰਬਾਨੀਆਂ ਦੇਣ ਵਾਲਾ ਹੈ। ਇਸ ਲਈ ਜਿਨ੍ਹਾਂ ਦੇ ਬਾਪ ਹਯਾਤ ਨੇ, ਉਹ ਬਾਪ ਦੀ ਕਦਰ ਕਰਨਾ ਸਿੱਖੋ। ਉਹ ਦਿਨ ਵੀ ਆਏਗਾ ਜਿੱਦਣ ਤੁਹਾਡੇ ਬੱਚੇ ਤੁਹਾਡੇ ਕੋਲੋਂ ਦੂਰ ਰਹਿਣਗੇ। ਅਗਰ ਤੁਸੀਂ ਆਪਣੇ ਬਾਪ ਦੇ ਕੋਲ ਬੈਠੋਗੇ, ਉਹਨਾਂ ਨਾਲ ਗੱਲਾਂ ਕਰੋਗੇ, ਉਹਨਾਂ ਦਾ ਹਾਲ ਅਹਿਵਾਲ ਪੁੱਛੋਗੇ, ਤੁਹਾਡੇ ਬੱਚੇ ਇਹ ਸਾਰਾ ਮੰਜ਼ਰ ਖੁਦ ਦੇਖਣਗੇ, ਅਤੇ ਉਹ ਤੁਹਾਨੂੰ ਯਾਦ ਰੱਖਣਗੇ, ਤੁਹਾਡੇ ਵੀ ਕੋਲ ਬੈਠਣਗੇ, ਤੁਹਾਡਾ ਵੀ ਹਾਲ ਪੁੱਛਣਗੇ। ਅਤੇ ਅਗਰ ਪਰਾਇਆਂ ਵਾਂਗੂ ਆਪਣੇ ਬਾਪ ਨਾਲ ਰਹੋਗੇ, ਤੇ ਇਹ ਯਾਦ ਰੱਖੋ, ਜਿੱਦਣ ਤੁਹਾਡੇ ਉੱਤੇ ਇਹ ਵਾਪਰੀ, ਉਦਣ ਕੀ ਕਰੋਗੇ? ਇਸ ਲਈ ਇਸ ਫਾਦਰ ਡੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਅਤੇ ਸਾਦੀ ਜਿਹੀ ਨਸੀਹਤ ਦੇ ਨਾਲ ਸਲਾਮ। ਜੀਂਦੇ ਰਹੋ, ਖੁਸ਼ ਰਹੋ, ਆਪਣਾ ਖਿਆਲ ਰੱਖੋ, ਅਤੇ ਆਪਣੇ ਸਾਥੀਆਂ ਦਾ ਵੀ ਖਿਆਲ ਰੱਖੋ।